ਚੋਣਾਂ ਦਾ ਮਾਹੌਲ ਤਾਂ ਗਰਮ ਹੈ ਅਤੇ ਬਾਕੀ ਸਾਡੀ ਪਾਰਟੀ ਦੇ ਜਿਹੜੇ ਯੋਧੇ ਵਰਕਰ ਆ ਉਹ ਸਾਰੇ ਗਰਮ ਰਹਿੰਦੇ ਆ। ਠੀਕ ਹੈ, ਅੱਜ ਵੀ ਇਸ ਮਕਸਦ 'ਤੇ ਅੱਜ ਚੋਣਾਂ ਦੇ ਸੰਬੰਧ ਨਾਲ ਸਾਡੇ ਡਾਕਟਰ ਸੰਦੀਪ ਪਾਠਕ ਜੀ ਆਏ ਨੇ ਅਤੇ ਸਾਰੇ ਸਾਡੇ MLA ਅਤੇ MLA ਸਾਹਿਬ ਅਤੇ ਸਾਰੇ ਬਲਾਕ ਪ੍ਰਧਾਨ ਲੀਡਰ ਸਾਹਿਬਾਨ ਨਾਲ ਮੀਟਿੰਗ ਆ। ਹਾਂਜੀ, ਰਾਜਕੁਮਾਰ ਚੱਬੇਵਾਲ ਸੀ ਪਹਿਲਾਂ ਆਮ ਆਦਮੀ ਪਾਰਟੀ 'ਚ, ਹੁਣ ਕਹਿੰਦੇ BJP ਜਾ ਰਹੇ, ਦਲ ਬਦਲੀਆਂ ਲਈ ਇਹ ਕੀ ਲੋਕਾਂ ਦੇ ਹਿਸਾਬ ਸੱਤੇ? ਜਿਹੜੀ BJP ਹੈ ਜੀ, ਜਿਹੜੀ ED ਆ ਉਹ BJP ਆ, ਉਹ ਡਰਾ ਲੈਂਦੀ ਹੈ ਜਾ ਕੇ ਉਹਨਾਂ ਦੇ ਹਰ ਇੱਕ ਨੂੰ ਡਰਾਉਣਾ ਕਰਾਉਣਾ। ਅਗਲਾ ਕਈ ਬੰਦੇ ਲੜਾਈ ਲੜਨ ਜਾਣ ਦੇ ਕੇ ਡਰਦੇ ਆ, ਅਗਲਾ ਕਹਿੰਦਾ ਮੈਂ ਕੀ ਲੈਣਾ, ਕੀ ਕਰੀਏ ਉਹਦਾ, ਸਾਰੇ ਹਿੰਦੁਸਤਾਨ 'ਚ ਹੀ ਆ। ਬਹੁਤ ਮਾੜਾ ਕੀਤਾ, ਬਹੁਤ ਮਾੜਾ ਨਹੀਂ, ਮੈਂ ਕਹਿੰਦਾ ਵੀ ਜਿਨ੍ਹਾਂ ਨੇ ਕੀਤੀ ਬਹੁਤ ਮਾੜੀ ਹਰਕਤ ਆ, ਕਿਉਂਕਿ ਹਰ ਜੇ ਕੋਈ ਉਹ ਕਲਾ ਦੇ ਨਾਲ ਪ੍ਰੋਫੈਸ਼ਨਲ ਹੈਗਾ ਉਹਦਾ ਡਾਂਸ ਕਰਨਾ, ਇੱਕ ਮਾਡਲ ਆ, ਉਹ ਉਹਦੀ ਰੋਜ਼ੀ ਰੋਟੀ ਕਮਾ ਰਹੀ ਆ, ਇਹ ਬਦਮਾਸ਼ੀ ਕਰਨੀ ਤਾਂ ਬਹੁਤ ਮਾੜੀ ਆ, ਉਹਦੇ 'ਤੇ ਕਾਨੂੰਨੀ ਕਾਰਵਾਈ ਸਖ਼ਤ ਤੋਂ ਸਖ਼ਤ। ਉਹ ਨਹੀਂ ਮੈਂ ਸੁਣਿਆ ਜੀ ਕੀ ਬੋਲਦੇ, ਜੇ ਵੀ ਹੈਗਾ ਕੁੜੀ ਚੱਕ ਆਪਦਾ ਰੋਟੀ ਕਮਾ ਰਹੀ ਹੈ, ਇਹਦੇ ਵਿੱਚ ਮਾੜੀ ਗੱਲ ਆ। ਬਈ ਜਿਹੜਾ ਪੁਲਿਸ ਮੁਲਾਜ਼ਮ ਵੀ ਵਿੱਚ ਸੀ, ਪੁਲਿਸ ਸੁਰੱਖਿਆ ਕਰਨ ਵਾਸਤੇ ਆ, FIR ਜ਼ਰੂਰ ਦਰਜ ਹੋ ਗਈ, ਕੀ ਕਹਿਣਾ ਚਾਹੋਗੇ ਜਿਹੜੇ ਕੁੜੀਆਂ ਇਸ ਤਰ੍ਹਾਂ ਆਪਣਾ ਰੋਜ਼ਗਾਰ ਕਰਦੀਆਂ ਨੇ, ਉਹਨਾਂ ਨੂੰ ਦਿੱਕਤ? ਮੈਂ ਕਹਿੰਦਾ ਜੀ ਜਿਹੜਾ ਵੀ ਗਲਤੀ ਕਰਦਾ ਉਹਦੇ ਸਖ਼ਤ ਕਾਰਵਾਈ ਹੋਊਗੀ ਅਤੇ ਕਰਨੀ ਚਾਹੀਦੀ ਆ।